ਹਰ ਦਿਨ ਜਿਹੜੀ ਮਹਿੰਗਾਈ ਆ ਉਹ ਵੱਧਦੀ ਜਾ ਰਹੀ ਹੈ ਅਤੇ ਉੱਥੇ ਹੀ ਲੋਕਾਂ ਦੇ ਲਈ ਹੁਣ ਸਬਜ਼ੀ ਖਰੀਦਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ, ਕਿਉਂਕਿ ਜਿਹੜਾ ਟਮਾਟਰ 30 ਰੁਪਏ ਕਿਲੋ ਵਿਕਦਾ ਸੀਗਾ ਹੁਣ ਉਹੀ ਟਮਾਟਰ 100 ਤੋਂ ਵੀ ਪਾਰ ਵਿਕ ਰਿਹਾ, ਜਿਸਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪੈ ਰਿਹਾ। ਅਤੇ ਲੋਕਾਂ ਦਾ ਕਹਿਣਾ ਕਿ ਗਰੀਬ ਖਾਵੇ ਤਾਂ ਕੀ ਖਾਵੇ, ਕਿਉਂਕਿ ਜਿਹੜੀ ਸਬਜ਼ੀ ਦੇ ਰੇਟ ਨੇ ਉਹ ਇੰਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਆਮ ਬੰਦਾ ਜਿਹੜਾ ਹੁਣ ਹੈਗਾ ਉਹ ਸਬਜ਼ੀ ਨਹੀਂ ਖਰੀਦ ਸਕਦਾ, ਕਿਉਂਕਿ ਸਬਜ਼ੀ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਨੇ। ਤਾਂ ਰੇਟ ਕਿੰਨੇ ਕੁ ਵਧੇ ਨੇ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਟਮਾਟਰ ਦਾ ਅਸੀਂ ਤੁਹਾਨੂੰ ਦੱਸਿਆ ਕਿ ਜਿਹੜਾ ਟਮਾਟਰ 30 ਰੁਪਏ ਕਿਲੋ ਵਿਕਦਾ ਸੀਗਾ ਹੁਣ ਉਹ 100 ਤੋਂ ਵੀ ਪਾਰ ਵਿਕ ਰਿਹਾ, ਅਤੇ ਉੱਥੇ ਹੀ ਗੋਭੀ 100 ਰੁਪਏ ਕਿਲੋ, ਮਟਰ 180 ਰੁਪਏ ਕਿਲੋ, ਕੱਦੂ 50 ਰੁਪਏ ਕਿਲੋ, ਭਿੰਡੀ 50 ਰੁਪਏ ਕਿਲੋ, ਅਤੇ ਜਿਹੜਾ ਧਨੀਆ ਤੁਸੀਂ ਵੈਸੇ ਹੀ ਦੁਕਾਨਦਾਰਾਂ ਤੋਂ ਫ੍ਰੀ ਲੈ ਲੈਂਦੇ ਸੀਗੇ ਹੁਣ ਉਹੀ ਧਨੀਆ 500 ਰੁਪਏ ਕਿਲੋ ਵਿਕ ਰਿਹਾ ਹੈ। ਧਨੀਆ ਤਾਂ ਲੋਕ ਵੈਸੇ ਹੀ ਫ੍ਰੀ ਲੈ ਲੈਂਦੇ ਸੀਗੇ ਸਬਜ਼ੀ ਵਾਲੇ ਤੋਂ ਕਿ ਧਨੀਆ ਜਿਹੜਾ ਉਹ ਦੇ ਦਿਉ, ਪਰ ਹੁਣ ਜਿਹੜਾ ਉਹ ਧਨੀਆ ਹੈ ਉਹ 500 ਰੁਪਏ ਕਿਲੋ ਜਿਹੜਾ ਹੈ ਉਹ ਵਿਕ ਰਿਹਾ ਹੈ। ਅਤੇ ਇਸ ਗੱਲ ਤੋਂ ਜਿਹੜਾ ਕਿ ਸਿਰਫ ਸਬਜ਼ੀ ਖਰੀਦਣ ਵਾਲਾ ਨਹੀਂ ਪਰੇਸ਼ਾਨ, ਵਿਕਰੇਤਾ ਵੀ ਜਿਹੜੇ ਨੇ ਉਹ ਵੀ ਬਹੁਤ ਦੁਖੀ ਹੋ ਚੁੱਕੇ ਨੇ। ਉਹਨਾਂ ਦਾ ਕਹਿਣਾ ਹੈ ਕਿ ਗਾਹਕ ਜਿਹੜਾ ਉਹਨਾਂ ਦੀ ਦੁਕਾਨ 'ਤੇ ਆ ਕੇ ਉਹਨਾਂ ਦੇ ਨਾਲ ਲੜਦਾ, ਉਹਨਾਂ ਦੇ ਨਾਲ ਬਹਿਸਬਾਜ਼ੀ ਕਰਦਾ ਹੈ ਕਿ ਸਬਜ਼ੀ ਦੇ ਰੇਟ ਇੰਨੇ ਜ਼ਿਆਦਾ ਵਧਾਏ ਹੋਏ ਨੇ, ਤਾਂ ਉਹਨਾਂ ਦੀ ਦੁਕਾਨ 'ਤੇ ਵੀ ਜਿਹੜਾ ਇਸ ਕਾਰਨ ਕੋਈ ਗ੍ਰਾਹਕ ਨਹੀਂ ਆ ਰਿਹਾ, ਲੋਕ ਸਬਜ਼ੀ ਖਰੀਦਣਾ ਬਹੁਤ ਜ਼ਿਆਦਾ ਅਵੋਇਡ ਕਰ ਰਹੇ ਨੇ, ਤਾਂ ਉਹਨਾਂ ਦੀ ਵੀ ਰੋਜ਼ੀ ਰੋਟੀ ਦੇ ਉੱਤੇ ਜਿਹੜਾ ਅਸਰ ਹੈ ਇਸ ਮਹਿੰਗਾਈ ਦਾ ਬਹੁਤ ਜ਼ਿਆਦਾ ਪੈ ਰਿਹਾ। ਅਤੇ ਹਰ ਬੰਦਾ ਜਿਹੜਾ ਹੈ ਕਿ ਇਸ ਚੀਜ਼ ਤੋਂ, ਇਸ ਮਹਿੰਗਾਈ ਤੋਂ ਪਰੇਸ਼ਾਨ ਹੈ। ਅਤੇ ਲੋਕ ਨਾਲ ਹੀ ਕਹਿ ਰਹੇ ਨੇ ਕਿ ਜਦੋਂ ਸਬਜ਼ੀ ਮੰਡੀ ਦੇ ਵਿੱਚ ਆਏ ਤਾਂ ਜਦੋਂ ਉਹਨਾਂ ਨੇ ਟਮਾਟਰ ਦੇ ਰੇਟ ਸੁਣੇ ਤਾਂ ਟਮਾਟਰ ਦੇ ਰੇਟ ਸੁਣ ਕੇ ਤਾਂ ਉਹ ਡਰ ਹੀ ਗਏ, ਕਿਉਂਕਿ ਕਿੱਥੇ ਜਿਹੜਾ ਟਮਾਟਰ ਉਹ 30 ਰੁਪਏ ਸੀਗਾ ਤਾਂ ਹੁਣ ਉਹੀ ਟਮਾਟਰ ਜਿਹੜਾ 100 ਤੋਂ ਵੀ ਪਾਰ ਵਿਕ ਰਿਹਾ। ਤੇ ਹੁਣ ਲੋਕ ਕੀ ਕਹਿ ਰਹੇ ਨੇ ਤੁਸੀਂ ਖੁਦ ਹੀ ਸੁਣ ਲਓ। ਟਮਾਟਰ ਦੇਖ ਕੇ ਬਿਲਕੁਲ ਡਰ ਗਏ, ਕੀ ਗੱਲ? ਟਮਾਟਰ ਦੇਖ ਕੇ ਬਿਲਕੁਲ ਡਰ ਗਿਆ ਜੀ, 100 ਤੋਂ ਉੱਪਰ ਟਮਾਟਰ ਹੋ ਗਿਆ, 100 ਰੁਪਏ ਕਿਲੋ ਤੋਂ 120 ਰੁਪਏ ਕਿਲੋ। ਪਹਿਲਾਂ ਕਿੰਨਾ ਸੀਗਾ? ਪਹਿਲਾਂ ਦਾ 40-50 ਰੁਪਏ ਕਿਲੋ ਸੀ। ਤੇ ਬਾਕੀ ਸਬਜ਼ੀਆਂ ਦਾ ਕੀ ਰੇਟ? ਸਬਜ਼ੀਆਂ ਭਿੰਡੀ ਬਹੁਤ ਤੇਜ਼ ਹੈ, ਸਾਰਾ ਕੁਛ ਤੇਜ਼ ਹੈ ਜੀ। ਭਿੰਡੀ 60 ਰੁਪਏ ਕਿਲੋ ਹੈ, ਬੈਂਗਣ 60 ਰੁਪਏ ਕਿਲੋ, 100 ਰੁਪਏ ਕਿਲੋ ਦਾਲ ਹੈ। ਤੁਹਾਡੇ ਬਜਟ ਤੇ ਵੀ ਇਹਦਾ ਅਸਰ ਪੈਂਦਾ ਹੋਊਗਾ? ਪੈਂਦਾ ਜੀ, ਬਜਟ ਹਿੱਲ ਜਾਂਦਾ ਹਰ ਮਹੀਨੇ ਦਾ ਮੇਰਾ, ਬਜਟ ਤੋਂ ਕੰਮ ਖਰਾਬ ਹੀ ਹੋਇਆ, ਮਹਿੰਗਾਈ ਜ਼ਿਆਦਾ ਹੋਈ ਵੀ ਹੈ ਬਹੁਤ। ਬਹੁਤ ਤੇਜ਼ੀ ਆ ਗਈ ਹੈ, ਸਾਰੀ ਸਬਜ਼ੀ 'ਤੇ ਬਹੁਤ ਤੇਜ਼ੀ ਆ, ਪਤਾ ਨਹੀਂ ਪਿੱਛੇ ਮਰ ਗਈ ਕਿਤੇ, ਹੁਣ ਬਾਹਰੋਂ ਬਾਹਰਲੀ ਸਬਜ਼ੀ ਆ ਰਹੀ ਹੈ, ਪਹਾੜੀ ਪੂੜੀ ਦੀ ਉਰੇ ਸਬਜ਼ੀ ਹੋਈ ਨਹੀਂ, ਕੁਛ ਧੁੱਪ ਕਰਕੇ ਨਹੀਂ ਹੋਈ, ਟੈਂਪਰੇਚਰ ਕਰਕੇ ਕਰਕੇ ਸਬਜ਼ੀ ਦਾ ਬਹੁਤ ਰੇਟ ਆ, ਹਰੇਕ 100 ਤੋਂ ਪਾਰੇ ਆ, ਕੋਈ ਮਰਜ਼ੀ ਸਬਜ਼ੀ ਨਹੀਂ ਜਾਓ 100 ਤੋਂ ਪਾਰੇ ਮਿਲ ਰਹੀ ਆ। ਤੁਹਾਡੀ ਜੇਬ 'ਤੇ ਕਿੰਨਾ ਕੁ ਅਸਰ ਪਊਗਾ? ਬਹੁਤ ਵੱਡਾ ਅਸਰ ਪੈਣਾ, ਸਾਰਿਆਂ ਦੀ ਅਸਰ ਪੈਣਾ, ਇਕੱਲੇ ਦੇ ਮੇਰੇ ਕਿ ਜਿੰਨੇ ਖਰੀਦਦਾਰ ਉਹਨਾਂ ਦਾ ਸਾਰਿਆਂ ਦੀ ਅਸਰ ਹੈ। ਅਸਲ ਤਾਂ ਇਹ ਟੈਂਪਰੇਚਰ ਕਰਕੇ ਹੀ ਸਬਜ਼ੀ ਮਰੀ, ਜਿਹੜੀ ਪੰਜਾਬ 'ਚ ਨਹੀਂ ਹੋਈ, ਜਿਹੜੀ ਬਾਹਰੋਂ ਸਬਜ਼ੀ ਆ ਰਹੀ ਹੈ ਉਹਦੇ ਕਰਕੇ ਇਹ ਮਹਿੰਗੀ ਹੈ ਜੀ। ਹੁਣ ਤਾਂ ਪਹਾੜਾਂ 'ਚ ਵੀ ਸ਼ੁਰੂ ਹੋ ਗਈ ਬਾਰਿਸ਼ ਦਾ, ਹੁਣ ਤਾਂ ਉਰੇ ਵੀ ਹੋ ਗਈ, ਹੁਣ ਤਾਂ ਸਸਤੀ ਹੋ ਜੂਗੀ, ਇਹ 5-10 ਦਿਨਾਂ ਨੂੰ ਸਸਤੀ ਹੋ ਜੂਗੀ ਸਬਜ਼ੀ, ਯਾਨੀ ਕਿ ਹਾਂ 2-2 ਮਹੀਨਾ 1.5 ਮਹੀਨਾ ਬਹੁਤ ਤੇਜ਼ੀ ਨਾਲ ਸਬਜ਼ੀ ਦਾ ਰੇਟ ਰਿਹਾ। ਜਿਵੇਂ ਟਮਾਟਰ ਸੀ, ਟਮਾਟਰ ਪਹਿਲਾਂ ਆਮ 20-30 ਰੁਪਏ ਹੁੰਦੇ ਸੀ, 100-125 ਰੁਪਈਏ ਟਮਾਟਰ ਦੇ ਰਹੇ ਨੇ, ਬਹੁਤ ਤੇਜ਼ੀ ਆ, ਬਹੁਤ ਜ਼ਿਆਦਾ ਤੇਜ਼ੀ। ਬਾਕੀ ਸਬਜ਼ੀਆਂ 'ਚ ਵੀ ਇੱਦਾਂ ਹੀ ਆ? ਸਾਰੀਆਂ ਸਬਜ਼ੀਆਂ 'ਚ ਫੁੱਲ ਤੇਜ਼ੀ ਆ ਜੀ, ਬਹੁਤ ਤੇਜ਼ੀ ਆ। ਅੱਜ ਕੱਲ੍ਹ ਨਾ ਸਬਜ਼ੀਆਂ ਸਾਰੀਆਂ ਹਿਮਾਚਲ ਦੀਆਂ ਆ ਰਹੀਆਂ ਨੇ, ਕੁਛ ਬਾਰਿਸ਼ਾਂ ਕਰਕੇ ਖਰਾਬ ਹੋ ਗਈਆਂ, ਅਤੇ ਮਾਰਕੀਟ 'ਚ ਬਹੁਤ ਅਸਰ ਆ, ਸੁੰਨ ਸਰਾਬ ਵੀ ਆ, ਬਾਜ਼ਾਰ ਗਾਹਕ ਨਹੀਂ ਹੈ। ਪਹਾੜੀ ਇਲਾਕੇ 'ਚ ਜਿਹੜਾ ਬਾਰਿਸ਼ ਕਾਰਨ ਸਾਰਾ ਕੁਛ, ਹੁਣ ਬਾਜ਼ਾਰ ਬਿਲਕੁਲ ਖਾਲੀ ਪੈਣੇ, ਮਾਰਕੀਟ ਵਹਿਲੀ ਪਈ ਆ, ਸਬਜ਼ੀਆਂ ਸਾਰੀਆਂ ਮਹਿੰਗੀਆਂ ਹੋ ਗਈਆਂ, ਇਸ ਕਰਕੇ ਆਮ ਆਦਮੀ ਦੇ ਖਰਚੇ ਤੋਂ ਉੱਪਰ ਬਹੁਤ ਜ਼ਿਆਦਾ ਹੋ ਗਿਆ। ਜਿਵੇਂ ਟਮਾਟਰ ਦੀ ਪਹਿਲਾਂ 50-60 ਹੋ ਗਿਆ, ਅਤੇ ਹੁਣ 100 ਤੋਂ ਉੱਪਰ ਜਾ ਰਿਹਾ, ਕਿਸ ਤਰ੍ਹਾਂ? ਬਾਹਰ ਬਾਰਿਸ਼ਾਂ ਪੈ ਗਈਆਂ ਉਹਦੇ ਕਰਕੇ ਨਾ ਜ਼ਿਆਦਾ, ਅਤੇ ਨੁਕਸਾਨ ਹੋਇਆ ਜੀ। ਟਮਾਟਰ ਕਿੰਨੇ ਰੁਪਏ ਕਿਲੋ ਹੁਣ? ਮਟਰ ਹੋ ਗਏ ਆਪਣੇ 120 ਤੋਂ ਲੈ ਕੇ 150 ਰੁਪਏ ਜੀ, 150 ਡੇਲੀ ਦੇ ਰੇਟ ਨੇ, ਕਿਤੇ ਘੱਟ ਗਿਆ ਕਿਤੇ ਵੱਧ ਗਿਆ। ਗੋਭੀ ਜੀ? ਗੋਭੀ 80 ਰੁਪਏ ਕਿਲੋ ਜੀ।
ਲੋਕ ਵੀ ਆ ਕੇ ਤੁਹਾਨੂੰ ਕਹਿੰਦੇ ਹੋਣਗੇ ਕਿ ਇੰਨਾ ਮਹਿੰਗਾਈ ਆ, ਹਰ ਬੰਦਾ ਗਰੀਬ ਬੰਦੇ ਦੇ ਬਸ ਚੋਂ ਬਾਹਰ ਹੈ ਜੀ। ਜਿਵੇਂ ਅਦਰਕ ਕੀ ਰੇਟ ਚੱਲ ਰਹੇ? ਅਦਰਕ ਹੋ ਗਿਆ ਜੀ 150 ਰੁਪਏ ਕਿਲੋ, ਅੱਗੇ ਨੂੰ ਘੱਟ ਗਿਆ, ਪਹਿਲਾਂ 200 ਰੁਪਏ ਸੀ, ਅੱਗੇ ਨੂੰ ਕਰ ਗਿਆ ਫਰਕ। ਲਸਣ? ਲਸਣ ਤਾਂ 200+ ਆ ਜੀ, 200 ਤੋਂ 250 ਰੁਪਏ ਕਿਲੋ ਬਿਕਾ ਜੀ। ਤੋਰੀ ਵਗੈਰਾ, ਭਿੰਡੀ 50-60 ਰੁਪਏ ਕਿਲੋ ਤੋਰੀਆਂ ਨੇ, ਭਿੰਡੀ 40-50 ਰੁਪਏ ਕਿਲੋ ਆ ਜੀ। ਹੁਣ 20-30 ਵਾਲਾ ਕੋਈ ਕੰਮ ਨਹੀਂ ਆਇਆ? ਘਈਆ ਵੀ 40 ਰੁਪਏ ਕਿਲੋ ਹੋ ਗਿਆ ਜੀ। ਅੱਛਾ ਸਰ, ਤੁਹਾਡੇ ਨਾਲ ਵੀ ਆ ਕੇ ਕਸਟਮਰ ਲੜਦੇ ਹੋਣਗੇ ਵੀ ਇੰਨਾ ਰੇਟ ਲਾਇਆ? ਹਾਂਜੀ, ਹਰੇਕ ਨੂੰ ਫਰਕ ਪੈਂਦਾ। ਇੱਥੇ ਜਿਹੜੀ 100-150 ਸਬਜ਼ੀ ਬਣਦੀ, ਹੁਣ 400 ਬਣ ਜਾਂਦੀ, ਅਗਲੇ ਸੋਚ ਤੋਂ ਬਾਹਰ ਹੋ ਗਏ ਰੇਟ ਨਾਲ।